हेलो हाँ जी भाजी सत श्रीकाल। मैं ना मिंटो बोलन जी, अपना कृष्णा नगर मोहल्ला बत्ती नहीं आउंदी साडी। बिजली बोर्ड तो बोलते हो ना तुसीं? हाँ जी हाँ जी भाई बत्ती नहीं आउंदी कृष्णा नगर च, ते असी करिए जी बत्ती नहीं आउंदी। तो भाई बिजली बोर्ड वाले दसना, आपां किहनूं दसीए, दसो टैलीफोन वाले दसीए। और यार बिजली बोर्ड ने दसना दुखी किया यार, सारे ने मैनू सवेर का 150 फोन आ चुके, कभी किसी की बत्ती नहीं आउंदी, कभी मैं दुखी हो गया यार नौकरी करके। मैं तुहानूं दसां भाई वो सानू भी दसन डे यार, मैं 150 फोन आउंदे यार, दसण की गल नहीं हैगी यार, दिमाग खराब किया पिया मेरा, मैं दुखी होया, मैं सुसाइड कर लेना यार। महाराज सुसाइड सुसूड ना करो तुसीं, पर गल है भी अही किहनूं तुसीं नंबर आपे दित्ता भी इस नंबर ते फोन करो, 32-1.5 घंटा हो गया। गलती हो गई मेरे को, नंबर दे हो गया, गलती हो गई वीर, मैनू माफ कर दियो यार, मैं है ही नहीं बिजली बोर्ड दा, तो यार दुखी कर छड्डिया, राती 12 बजे फोन कर देने यार तुसीं, ते जदों बत्ती जाएगी उदों ही फोन करना, और बिना गल्लों फोन करी जाइए, गर्लफ्रेंड थोड़ी है भरा दो मेरी। और यार अपना मेरी गल सुनो, सरकार नू एक एप्लीकेशन पाओ ते अपने घरे अपना अपना बिजली वाला वो जी की कहंदे हुंदे आ यार, वो लवा लो ट्रांसफार्मर, साडा साडा औखा वी हुंदा। ਭਾਈ ਦਿਮਾਗ ਫਿਰ ਗਿਆ ਤੁਹਾਡਾ, ਕਿਹੋ ਜਿਹੀਆਂ ਗੱਲਾਂ ਕਰਨ ਡੇ ਤੁਸੀਂ? ਆਪਣਾ ਟਰਾਂਸਫਰ ਕਿਹੋ ਜਿਹੀਆਂ ਗੱਲਾਂ ਜੀ, ਇੱਕ ਸਾਲਾ ਕਰਾਉਂਦਾ ਫੈਲਿਆ ਇੰਨਾ ਯਾਰ, ਉੱਧਰ ਤੁਸੀਂ ਲੋਕਾਂ ਨੇ ਫੈਲਾਇਆ ਗੰਦ, ਐਵੇਂ ਬਿਨਾਂ ਗੱਲ ਤੋਂ ਕਦੀ ਸਾਡੀ ਬੱਤੀ ਚੱਲ ਗਈ, ਕਦੀ ਹੁਣ ਯਾਰ ਏਡਾ ਵੱਡਾ ਦੇਸ਼ ਆ, ਕਿਤੇ ਨਾ ਕਿਤੇ ਬੱਤੀ ਜਾਣੀ ਹੈ, ਕਦੀ ਗਰਮੀ ਚ ਵੀ ਰਹਿ ਲਓ। ਭਾਈ ਯਾਰ ਬਿਜਲੀ ਬੋਰਡ ਤੁਹਾਨੂੰ ਲਾਇਆ ਕਿਹਾ, ਤੁਹਾਡਾ ਦਿਮਾਗ ਫਿਰ ਗਿਆ। ਓਏ ਛੋਟੂ, ਉਹ ਏਸੀ ਨਹੀਂ ਚੱਲਣ ਡਿਆ ਯਾਰ, ਗਰਮੀ ਲੱਗਣੀ, ਤੁਸੀਂ ਨਾ ਆਉਂਦੇ ਏਸੀ ਦੇਖ ਨੂੰ। ਨਹੀਂ ਮੇਰੀ ਗੱਲ ਸੁਣੋ ਯਾਰ, ਕਰੋਨਾ ਕੇ ਪਾਸੇ ਤੁਸੀਂ ਬਿਜਲੀ ਦੀ ਗੱਲ ਕਰਨ ਡਿਆ ਜੀ, ਕਰੋਨਾ ਅਸੀਂ ਥੋੜੀ ਫਲਾਇਆ ਕਰੋਨਾ ਦੀ, ਬਿਜਲੀ ਬੱਤੀ ਦੱਸੋ ਕਦੋਂ ਆਉਣੀ ਹੈ ਯਾਰ। ਕੇ ਬੇਵਕੂਫ ਲੋਕਾਂ ਨੇ ਫਲਾਇਆ ਯਾਰ, ਕਰੋਨਾ ਜਿਹੜੇ ਟਿੱਕੇ ਨਹੀਂ ਬੰਦੇ ਘਰ ਮਿੰਟ ਤੁਸੀਂ ਨਹੀਂ ਫਲਾਇਆ, ਮੈਨੂੰ ਲੱਗਦਾ ਤੁਸੀਂ ਫਲਾਇਆ, ਜਦੋਂ ਤੁਸੀਂ ਤਾਂ ਸਾਕਸ਼ਾਤ ਆਪ ਕਰੋਨਾ ਲੱਗਣ ਡੇ ਜਿੱਦਾਂ ਗੱਲ ਕਰਨ ਡੇ ਯਾਰ। ਮੇਰੀ ਗੱਲ ਸੁਣ ਕਾਕੇ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ, ਤੈਨੂੰ ਮੇਰਾ ਪਤਾ ਨਹੀਂ ਹਲੇ ਚੰਗੀ ਤਰ੍ਹਾਂ, ਨਾ ਮੇਰੇ ਬਾਰੇ ਪਤਾ ਕਰ ਲਾ ਪਹਿਲਾਂ। ਕੀ ਨਾਂ ਤੇਰਾ ਦੱਸ ਮੈਨੂੰ ਭਰਾ, ਕੀ ਨਹੀਂ ਪਤਾ ਤੇਰਾ, ਬੋਲਦਾ ਕਿੱਦਾਂ ਤੂੰ, ਤੂੰ ਕਿੱਦਾਂ ਬੋਲਦਾ? ਮਿੰਟੋ ਨਾ ਹੀ ਮੇਰਾ ਕ੍ਰਿਸ਼ਨ ਨਗਰ ਮੁਹੱਲੇ ਆ ਗਿਆ, ਤੇ ਜਦੋਂ ਮਰਜ਼ੀ ਆ ਜਾ ਤੂੰ, ਦੇ ਲਾਂਗਾ ਤੈਨੂੰ ਮੈਂ ਬਿਜਲੀ, ਤੇਰਾ ਟਰਾਂਸਫਾਰਮ ਪਹਿਲਾਂ ਮੈਂ ਠੀਕ ਕਰਦਾ, ਜਿਹੜਾ ਤੇਰਾ ਦਿਮਾਗ ਦਾ ਟਰਾਂਸਫਾਰਮ ਖਰਾਬ ਹੋਇਆ ਨਾ, ਉਹ ਪਹਿਲਾਂ ਸਹੀ ਕਰ। ਸਰਕਾਰ ਨੰਬਰ ਦਿੱਤਾ, ਹੋਰ ਕਿਹਨੂੰ ਫੋਨ ਕਰੀ ਯਾਰ, ਸਾਡੀ ਬੱਤੀ ਨਹੀਂ ਆਉਣ ਡੀ, ਇੱਥੇ ਕਿੰਨੀ ਗਰਮੀ ਹੋਈ ਪਈ ਆ, ਤੁਸੀਂ ਬੱਤੀ ਬੰਦ ਕਰ ਦਿੰਦੇ। ਕਾਕੇ ਮੇਰੀ ਗੱਲ ਸੁਣ, ਦਿਮਾਗ ਨਾ ਜਰਾ ਦਿਮਾਗ ਨਾ ਜ਼ੋਰ ਪਾ ਆਪਣੇ ਦਿਮਾਗ ਦੇ ਉੱਤੇ, ਉਹਨਾਂ ਬੱਤੀ ਆ ਜਾਊਗੀ, ਦਿਮਾਗ ਤੇ ਜ਼ੋਰ ਪਾਉਣਾ ਬੱਤੀ ਆ ਜਾਊਗੀ, ਇਹ ਦੱਸ ਭਰਾ ਪਹਿਲਾਂ ਮੈਨੂੰ, ਫਿਰ ਤੈਨੂੰ ਫੋਨ ਨਹੀਂ ਕਰਦਾ, ਦਿਮਾਗ ਤੇ ਜ਼ੋਰ ਪਾ ਲੈਣਾ। ਉਹ ਯਾਰ ਦਿਮਾਗ ਦੀ ਗੱਲ ਨਹੀਂ ਕਰਨ ਡਿਆ, ਮੈਂ ਜਿਹੜੀ ਗੱਲ ਕਰਨ ਡਿਆ ਉਹ ਸੋਚ। ਕਿਹੜੀ ਗੱਲ ਕਰਨ ਡਿਆ? ਉਹ ਤੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਮੈਂ ਤੈਨੂੰ ਬੱਤੀ ਦਾ ਪੁੱਛਣ ਡਿਆ, ਤੂੰ ਕਰੋਨਾ ਦੀਆਂ ਗੱਲਾਂ ਲੈ ਕੇ ਪਿਆ ਜਾ। ਮੇਰੀ ਗੱਲ ਸੁਣ, ਆਪਣੇ ਦੇਸ਼ ਤੇ ਏਡੀ ਵੱਡੀ ਮੁਸੀਬਤ ਆਈ ਆ ਕਰੋਨਾ ਦੀ, ਹਾਂ ਤੇ ਬੱਤੀ ਬੰਦ ਰੱਖਣੀ ਇਹਦਾ ਕਰਕੇ। ਉਹ ਮੇਰੀ ਗੱਲ ਸੁਣ ਗੁਰੂਆ, ਮੇਰੀ ਗੱਲ ਸੁਣ, ਬੱਤੀ ਤੇ ਪੈਣ ਲੱਗਣਾ ਦੱਸਤੀ ਕਰੋਨਾ ਗਰ, ਕਿਹੜੀਆਂ ਗੱਲਾਂ ਕਰਨ ਡੇ ਯਾਰ? ਉਹ ਵੇਖੋ ਜੀ, ਦੇਖੋ ਸਰਕਾਰ ਨੇ ਕਿਹਾ ਵੀ ਗਰਮੀ ਦੇ ਵਿੱਚ ਕਰੋਨਾ ਮਰ ਜਾਂਦਾ। ਭਾਈ ਕਿੰਨੇ ਕਿਹਾ ਗਰਮੀ ਯਾਰ, ਤੂੰ ਕੀ ਕਰਨ ਡਿਆ ਯਾਰ? ਮੈਨੂੰ ਪਸੀਨਾ ਆਈ ਜਾਂਦਾ, ਏਸੀ ਨਹੀਂ ਆਨ ਕਰਨ ਡਿਆ ਯਾਰ, ਮੈਂ ਪਾਗਲ ਆ ਫਿਰ ਗਰਮੀ ਚ ਬੈਠਾ, ਕੀ ਕਹਿ ਰਿਹਾ ਕਾਕੇ? ਮੈਂ ਹਜੇ ਗਰਮੀ ਨਾਲ ਨਹੀਂ ਕਰੋਨਾ ਫੈਲਦਾ, ਤੇ ਆਪ ਕਿਉਂ ਏਸੀ ਥੱਲੇ ਬੈਠਾ, ਫਿਰ ਆਪ ਕਿਉਂ ਏਸੀ ਲਵਾਉਣ ਡਿਆ, ਆਪ ਹੀ ਗਰਮੀ ਚ ਮਰ ਜਾਂਦਾ ਪਤਾ ਲੱਗੇ। ਮੈਨੂੰ ਤੇ ਕਰੋਨਾ ਹੋ ਹੀ ਨਹੀਂ ਨਾ ਸਕਦਾ, ਕਿਉਂ? ਮੈਂ ਘਰੋਂ ਦਫ਼ਤਰ ਦਫ਼ਤਰੋਂ ਘਰ, ਮੈਂ ਜਾਂਦਾ ਨੀ ਕਿਤੇ ਹੋਰ ਪਾਸੇ। ਨਹੀਂ ਕੀ ਮਤਲਬ, ਬੱਤੀ ਵਾਲਾ ਨੂੰ ਬਖਸ਼ਾ ਉਹਨਾਂ ਨੂੰ? 4 ਮਹੀਨੇ ਹੋ ਗਏ ਨੇ ਮੈਨੂੰ, 4 ਮਹੀਨੇ ਹੋ ਗਏ ਨੇ ਮੈਨੂੰ, ਜਿਹੜਾ ਫੋਨ ਕਰਦਾ ਬੱਤੀ ਨੂੰ, ਮੈਂ ਸਤਿ ਸ਼੍ਰੀ ਅਕਾਲ ਕਰ ਦੇਣਾ ਵੀ ਮੇਰੇ ਹੱਥ ਖੜੇ ਨੇ, ਮੈਂ ਨੀ ਕਰ ਸਕਦਾ ਠੀਕ ਬੱਤੀ। ਨਹੀਂ ਤੁਸੀਂ ਕਹਿੰਦੇ ਗਰਮੀ ਨਾਲ ਕਰੋਨਾ ਨੀ ਆਉਂਦਾ, ਦੁਬਈ ਸਭ ਤੋਂ ਜ਼ਿਆਦਾ ਗਰਮੀ ਪਾਈ ਜਾਂਦੀ ਆ, ਦੁਬਈ ਚ ਵੀ ਕਰੋਨਾ ਹੈਗਾ, ਉੱਥੇ ਕਿੱਦਾਂ ਆ ਗਿਆ ਫਿਰ? ਉਹ ਨਹੀਂ ਹੈ ਨੀ, ਉਹ ਵੈਸੀ ਅਫਵਾਹਾਂ ਨੇ ਕਾਕੇ, ਮੇਰੀ ਗੱਲ ਮੰਨ ਲਾ, ਇੰਡੀਆ ਦੇ ਵਿੱਚ ਕਰੋਨਾ ਖਤਮ ਕਰਨਾ ਆਪਾਂ, ਗਰਮੀ ਚ ਰਹੋ, ਜਿੰਨਾ ਪਸੀਨਾ ਨਿਕਲੇਗਾ ਤੁਹਾਡੀ ਇਮਿਊਨਿਟੀ ਵਧੇਗੀ, ਉਹਦੇ ਨਾਲ ਕਰੋਨਾ ਠੀਕ ਹੋਏਗਾ। ਯਾਰ ਮੈਂ ਤੇਰੀ ਸ਼ਿਕਾਇਤ ਕਰਨੀ, ਪਹਿਲੀ ਗੱਲ ਤੇ ਨਾ ਦੱਸ ਤੇ ਰੱਖੀ, ਜਿਹਨੂੰ ਕਰਦਾ ਯਾਰ ਜਾ ਕੇ ਜਿਹਨੂੰ ਕਰਨੀ, ਕਿਹਨੂੰ ਕਰੇਗਾ ਸ਼ਿਕਾਇਤ? ਦੱਸ ਉਹੀ ਤੇ ਨਾ ਕਰੀਏ ਨਾ ਯਾਰ, ਉਹ ਹੀ ਬਿਮਾਰੀ ਆ ਜਿਹਨੂੰ ਸ਼ਿਕਾਇਤ ਕਰਨੀ, ਉਹ ਇਦਾਂ ਬੋਲਣ ਡਿਆ, ਸ਼ਿਕਾਇਤ ਕਰਨ ਵਾਲੇ ਦੀ ਸ਼ਿਕਾਇਤ ਕਿਹਨੂੰ ਕਰੀਏ ਹੁਣ? ਦੰਦਾ ਪੁੱਛੇ ਬੇੜਾ ਫਿਰ ਕੀਤਾ ਤੂੰ ਡਿਪਾਰਟਮੈਂਟ ਦਾ ਯਾਰ, ਕਰਨੀ ਕੀ ਚੇਤਾਵਨੀ ਕੀ ਦੇਣ ਪੱਕੀ ਦੇਣ ਤੁਹਾਨੂੰ ਯਾਰ? ਤੀ ਤਨਖਾਹਾਂ ਕਦੀਆਂ ਲੈਂਦੇ? ਮੈਨੂੰ ਸਮਝ ਨਹੀਂ ਆਉਂਦੀ ਇੰਨੀਆਂ ਇੰਨੀਆਂ ਤਨਖਾਹਾਂ, ਤੇਰੇ ਢਿੱਡ ਪੀੜ ਹੁੰਦੀ, ਅਸੀਂ ਪੇਪਰ ਦਿੱਤੇ ਪਾਸ ਕੀਤਾ ਤੇ ਫਿਰ ਨੌਕਰੀ ਲੱਗੇ ਆ, ਤੇ ਤੁਹਾਡੇ ਨੂੰ ਵਿਹਲੇ ਆਪਾਂ? ਉਹ ਭਰਾਵਾ ਅੱਧ ਵਿਹਲੇ ਹੀ ਆ, ਕੰਮ ਤੇ ਕਰ, ਫਿਰ ਕਹਿਣ ਡਿਆ ਬੱਤੀ ਨਹੀਂ ਆਉਣ ਡਈ, ਭਰਾ ਟਰਾਂਸਫਾਰਮ ਬੰਦੇ ਭੇਜੋ ਉੱਥੇ। ਬੜਾ ਕੰਮ ਹੀ, ਮੇਰੇ ਫਾਈਲਾਂ ਬੜੀਆਂ ਆਈਆਂ ਆਫਿਸ ਚ, ਮੈਂ ਸਾਈਨ ਕਰਨੇ, ਮੇਰੇ ਕੋਲ ਟਾਈਮ ਨਹੀਂ, 3 ਦਿਨ ਤੱਕ ਮੈਨੂੰ ਫੋਨ ਨਾ ਕਰੀਓ ਯਾਰ। ਅੱਛਾ 3 ਦਿਨ ਤੱਕ ਅਸੀਂ ਭਾਵੇਂ ਉਦਾਂ ਗਰਮੀ ਨਾਲ ਭਾਵੇਂ, ਤੂੰ ਕੀ ਕਰਨ ਡਿਆ ਯਾਰ? ਏਸੀ ਨਹੀਂ ਚੱਲਣਾ, ਮੈਂ ਮਰ ਜਾਣਾ ਗਰਮੀ ਚ ਯਾਰ, ਤੁਹਾਨੂੰ ਦੱਸਣ ਡਿਆ ਮੈਂ, ਤੁਸੀਂ ਲੋਕ ਭਾਈ ਮੇਰੀ ਗੱਲ ਸੁਣੋ, ਬੰਦੇ ਭੇਜੋ ਯਾਰ, ਅਸੀਂ ਨਾਲ ਲੱਗਾਂਗੇ, ਤੁਸੀਂ ਬੰਦੇ ਦੇ ਭੇਜੋ ਟਰਾਂਸਫਾਰਮ ਠੀਕ ਕਰਨ ਵਾਸਤੇ। ਬੰਦੇ ਮੈਂ ਜਨਾਨੀ ਆ ਜਿਹੜਾ ਬੰਦੇ ਰੱਖੇ, ਮੈਂ ਕਮਾਲ ਕਰਦਾ ਯਾਰ ਤੂੰ। ਯਾਰ ਤੁਹਾਡਾ ਦਿਮਾਗ ਫਿਰ ਗਿਆ, ਮੈਂ ਕਰਮਚਾਰੀ ਕਹਿਣ ਡਿਆ ਯਾਰ, ਉਹ ਬੰਦੇ ਥੋੜੀ ਕਿਹੜਾ ਕਰਮਚਾਰੀ, ਤੂੰ ਤੂੰ ਮਾਮਾ ਮੇਰਾ ਮਾਮਾ ਲੱਗਦਾ ਜਿਹੜਾ ਤੈਨੂੰ ਮੈਂ ਕਰਮਚਾਰੀ ਭੇਜਦਾ ਹੁਣ। ਯਾਰ ਤੂੰ ਬੱਤੀ ਕੌਣ ਠੀਕ ਕਰੇਗਾ ਦੱਸ ਫਿਰ ਮੈਨੂੰ, ਕੀ ਕਰੀਏ? ਬੱਤੀ ਜਿਹੜਾ ਮਰਜ਼ੀ ਕਰੇ ਠੀਕ, ਮੈਂ ਕੀ ਠੇਕਾ ਲਿਆ ਤੇਰਾ ਬੱਤੀ ਠੀਕ ਕਰਨ ਦਾ? ਨਹੀਂ ਤੇ ਤੁਸੀਂ ਡਿਪਾਰਟਮੈਂਟ ਚ ਅੰਬ ਲੈਣ ਨੂੰ ਲੱਗੇ, ਇੰਨੀ ਸਰਕਾਰੀ ਨੌਕਰੀ ਤੁਹਾਨੂੰ ਤਨਖਾਹਾਂ ਮਿਲ ਗਈ, ਤੁਸੀਂ ਕੀ ਕੰਮ ਹੈ ਫਿਰ ਤੁਹਾਡਾ ਉੱਥੇ? ਉਹ ਮੇਰੀ ਗੱਲ ਸੁਣ, ਮੇਰੀ ਤਨਖਾਹ ਤੇ ਮੇਰਾ ਲਾਮ ਤੈਨੂੰ ਦੱਸਾਂ ਯਾਰ, ਤੂੰ ਹੈ ਕੌਣ? ਮੈਂ ਤੇ ਤੂੰ 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 ਮੇਰੀ ਗੱਲ ਸੁਣ, ਸਿੱਧਾ ਮੂੰਹ ਗੱਲ ਕਰ, ਟੈਨਸ਼ਨ ਨਾ ਲੈ, ਮੈਨੂੰ ਆਪਣਾ ਐਡਰੈਸ ਸੈਂਡ ਕਰ, ਮੈਂ ਤੇਰੇ ਕੋਲ ਐਡਰੈਸ ਤੇ, ਮੈਂ ਸਭ ਤੋਂ ਪਹਿਲਾਂ ਐਡਰੈਸ ਹੀ ਦੱਸਿਆ, ਕ੍ਰਿਸ਼ਨ ਨਗਰ ਮਹੱਲਾ ਹੀ ਮੇਰਾ, ਮਿੰਟੋ ਨਾ ਹੀ ਮੇਰਾ, ਤੂੰ ਆ ਸਹੀ, ਤੈਨੂੰ ਮੈਂ ਦੱਸਦਾ।
बदमाश ओही ते गल आ जो